ਤੁਸੀਂ ਆਏ ਨਹੀਂ, ਤੁਸੀਂ ਤੇ ਜਾ ਰਹੇ ਹੋ, ਜਾ ਕਿਉਂ ਰਹੇ ਹੋ? ਇਹ ਗਲਤ ਦਾ ਸਵਾਲ ਪੁੱਛ ਲਓ ਭਾਈ, ਇਹ ਗਲਤ ਦਾ ਸਵਾਲ ਪੁੱਛ ਲਓ ਭਾਈ, ਇਹ ਗਲਤ ਦਾ ਸਵਾਲ ਪੁੱਛ ਲਓ ਭਾਈ। ਬੰਦੇ ਆਏ ਆ, ਹੋਰ ਸੱਜਣ ਮਿੱਤਰ ਆਏ, ਉਹਨਾਂ ਨੂੰ ਲੈਣ ਜਾ ਰਹੇ ਹਾਂ ਜੀ ਬਾਹਰ। ਬੰਦੇ ਆਏ ਬਾਹਰ, ਆਪਾਂ ਲੈਣ ਜਾਣ ਡੇ ਆ। ਨਹੀਂ ਨਹੀਂ ਭਾਈ ਜੀ, ਭਾਈ ਲੈਣ ਜਾਣ ਇਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਰਸ਼ਪਾਲ ਸਿੰਘ। ਪੰਜਾਬ ਦੇ ਵਿੱਚ 2019 ਦੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਜੋ ਚੋਣ ਦੰਗਲ ਹੈ ਬੇਹੱਦ ਗਰਮ ਹੋ ਚੁੱਕਾ ਹੈ। ਅਖਾੜਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ। ਸੁਖਬੀਰ ਬਾਦਲ ਨੇ ਆਪਣੀਆਂ ਤੂਫਾਨੀ ਰੈਲੀਆਂ, ਤੂਫਾਨੀ ਦੌਰਿਆਂ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਰੱਖਿਆ, ਔਰ ਇਸੇ ਦੇ ਤਹਿਤ ਹੀ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਦੇ ਵਿੱਚ ਪਹੁੰਚੇ ਨੇ ਸੁਖਬੀਰ ਬਾਦਲ। ਸੁਖਬੀਰ ਬਾਦਲ, ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ, ਆਖਿਰ ਇਹਨਾਂ ਦੇ ਐਸੇ ਕਿਹੜੇ ਕੰਮ ਨੇ ਜਿਹੜੀ ਜਨਤਾ ਨੂੰ ਪਸੰਦ ਆ ਰਹੇ ਨੇ, ਔਰ ਜਨਤਾ ਜਿਹੜੀ ਹੈ ਕਿਉਂ ਇਹਨਾਂ ਦੇ ਆਪਣੇ ਨੁਮਾਇੰਦੇ ਇਹਨਾਂ ਨੂੰ ਮੰਨਦੇ ਹੋਏ ਇਹਨਾਂ ਨੂੰ ਵੋਟ ਪਾਉਣਗੇ? ਇਹਦੇ ਸੰਬੰਧ 'ਚ ਗੱਲਬਾਤ ਕਰਨ ਲਈ ਸਾਡੇ ਨਾਲ ਕੁਛ ਲੋਕ ਜੁੜੇ ਨੇ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਪ੍ਰੋਗਰਾਮ ਦੇ ਤਹਿਤ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਆਖਿਰ ਸੁਖਬੀਰ ਬਾਦਲ ਦੀ ਹਰਮਨ ਪ੍ਰੀਤਾ ਜਿਹੜੀ ਆ ਪੰਜਾਬ ਦੇ ਵਿੱਚ ਕੈਸੀ ਹੈ। ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਨਾਮ? ਮੈਂ ਰਮਨਦੀਪ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਦਾਸਪੁਰ। ਜੀ ਜੀ, ਸੰਧੂ ਸਾਹਿਬ, ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਦੇ ਮੁਕਾਬਲੇ ਤੁਹਾਨੂੰ ਕਾਂਗਰਸ ਦੇ ਵੱਲੋਂ ਕਿਹੜਾ ਲੀਡਰ ਲੱਗਦਾ ਹੈ? ਆਮ ਆਦਮੀ ਪਾਰਟੀ 'ਚੋਂ ਕਿਹੜਾ ਲੱਗਦਾ ਹੈ? ਅਕਾਲੀ ਦਲ ਟਕਸਾਲੀ 'ਚੋਂ ਕਿਹੜਾ ਲੱਗਦਾ ਹੈ? ਜਾਂ ਕੋਈ ਹੋਰ ਐਸਾ ਲੱਗਦਾ ਜਿਹੜਾ ਸੁਖਬੀਰ ਬਾਦਲ ਦੀ ਟੱਕਰ ਦਾ ਹੋਵੇ? ਵੇਖੋ ਜੀ, ਜੋ ਸੱਚੀ ਗੱਲ ਕਰਨੀ ਚਾਹੀਦੀ ਆ, ਸੁਖਬੀਰ ਸਿੰਘ ਦੇ ਬਾਦਲ ਸਾਹਿਬ ਦੇ ਮੁਕਾਬਲੇ ਦਾ ਇਸ ਵੇਲੇ ਲੀਡਰ ਹੀ ਕੋਈ ਨਹੀਂ। ਉਹਦਾ ਕਾਰਨ ਇਹ ਆ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਤੱਕ ਕਿਹਾ ਉਹ ਕਰਕੇ ਵਿਖਾਇਆ, ਔਰ ਪੰਜਾਬੀਆਂ ਦੇ ਸਾਹਮਣੇ ਆ। ਜੋ ਆਮ ਆਦਮੀ ਪਾਰਟੀ ਨੇ ਕਿਹਾ, ਜੋ ਕਾਂਗਰਸ ਪਾਰਟੀ ਨੇ ਕਿਹਾ, ਝੂਠੀਆਂ ਸਹੁੰਆਂ ਖਾਧੀਆਂ, ਗੁਟਕਾ ਸਾਹਿਬ ਫੜ ਕੇ ਕਈ ਝੂਠੇ ਵਾਅਦੇ ਕੀਤੇ, ਕਰਜ਼ਾ ਮਾਫੀ ਦੇ, ਕਈ ਇਹਨਾਂ ਨੇ ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ ਦੇ, ਰੁਜ਼ਗਾਰ ਪੱਤਾ ਦੇਣ ਦੇ, ਮੈਂ ਸਮਝਦਾ ਕਿ ਕੋਈ ਵੀ ਵਾਅਦਾ ਚੋਣ ਮੈਨੀਫੈਸਟੋ ਵਾਲਾ ਵੀ ਪੂਰਾ ਨਹੀਂ ਕਰ ਸਕੇ। ਬਿਲਕੁਲ, ਕਾਂਗਰਸ 'ਤੇ ਤੁਸੀਂ ਤਿੱਖੇ ਵਾਰ ਜਿਹੜੇ ਆ ਕਰ ਰਹੇ ਹੋ, ਉਹਨਾਂ ਨੇ ਕਿਹਾ ਕਿ ਵਾਅਦਾ ਪੂਰਾ ਨਹੀਂ ਕਰ ਸਕੇ, ਲੇਕਿਨ ਵਾਅਦੇ ਦੀ ਸ਼ੁਰੂਆਤ ਤਾਂ ਕੀਤੀ ਹੈ, ਇਹ ਵੀ ਸੱਚਾਈ ਹੈ। ਜੇ ਉਹਨਾਂ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕੀਤੀ ਹੈ, ਭਾਵੇਂ ਪੂਰਨ ਤੌਰ 'ਤੇ ਨਾ ਹੋਵੇ, ਉਹਨਾਂ 2 ਲੱਖ ਦੇ ਕਰਜ਼ੇ ਤਾਂ ਮਾਫ ਕੀਤੇ ਨੇ। ਸੋ ਤੁਸੀਂ ਕਹਿ ਰਹੇ ਸੀ ਕਿ ਸੁਖਬੀਰ ਬਾਦਲ ਨੇ ਜੋ ਵਾਅਦਾ ਕੀਤਾ ਉਹਨੇ ਪੂਰਾ ਕੀਤਾ, ਕੋਈ 5 ਵਾਅਦੇ ਐਸੇ ਗਣਾਓ ਜਿਹੜੇ ਉਹਨਾਂ ਕੀਤੇ ਨੇ ਤਾਂ ਪੂਰੇ ਕੀਤੇ ਨੇ? ਵੇਖੋ, ਉਹਨਾਂ ਆਪਣੀ ਸਰਕਾਰ ਵੇਲੇ ਕਿਹਾ ਆਟਾ ਦਾਲ ਸਕੀਮ ਸ਼ੁਰੂ ਕਰਾਂਗੇ, ਕੀਤੀ ਆ। ਬੁਢਾਪਾ ਪੈਨਸ਼ਨ ਉਹਨਾਂ ਦਿੱਤੀ ਆ। ਲੜਕੀਆਂ ਨੂੰ ਸਾਈਕਲ ਕਿਹਾ ਦਿੱਤੇ ਆ, ਲੜਕੀਆਂ ਨੂੰ ਵਿਦਿਆ ਫਰੀ ਕਿਹਾ ਦਿੱਤੀ ਆ, ਬਿਜਲੀ ਦੇ ਬਿੱਲ ਐਸੀ ਭਾਈਚਾਰੇ ਦੇ ਮਾਫ਼ ਕੀਤੇ ਆ, BC ਭਾਈਚਾਰੇ ਦੇ ਵੀ। ਇਹ 50 ਕੰਮ ਮੈਂ ਸੁਣਾ ਸਕਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਜੋ ਕੀਤੇ ਆ। ਜੀ ਬਿਲਕੁਲ, ਇਹਨਾਂ ਨੇ ਬਹੁਤ ਸਾਰੇ ਐਸੇ ਕੰਮ ਗਿਣਾਏ ਨੇ ਜਿਹੜੇ ਕੰਮ ਗਰੀਬਾਂ ਦੇ ਨਾਲ ਜੁੜੇ ਹੋਏ ਨੇ, ਗਰੀਬਾਂ ਦੇ ਮੁੱਦੇ ਨੇ। ਸੋ ਵਿੱਚ ਜਿਹੜੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਯੂਥ ਦੀ, ਨੌਜਵਾਨਾਂ ਦੀ, ਵਪਾਰੀਆਂ ਦੀ, ਕੋਈ ਵਪਾਰੀਆਂ ਦੇ 2-4 ਐਸੇ ਕੰਮ ਗਿਣਾ ਦਿਓ ਜਿਹੜੇ ਸੁਖਬੀਰ ਬਾਦਲ ਨੇ ਕਹਿਣ 'ਤੇ ਕੀਤੇ ਹੋ। ਵੇਖੋ ਜੀ, ਇੰਡਸਟਰੀ ਦਾ ਜਿਹੜਾ ਸਭ ਤੋਂ ਵੱਧ ਪ੍ਰਫੁੱਲਿਤ ਹੋਇਆ ਵਪਾਰ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ ਵਾ। ਹੁਣ ਵੇਖ ਲਓ, ਲੋਕ ਵਿਹਲੇ, ਬਿਜਲੀ ਮਹਿੰਗੀ ਹੋ ਗਈ ਹੈ, ਲੋਕ ਵਿਹਲੇ ਹੋ ਗਏ ਨੇ, ਲੋਕਾਂ ਕੋਲ ਰੁਜ਼ਗਾਰ ਨਹੀਂ ਹੈਗਾ। ਤੁਸੀਂ ਕਿਤੇ ਵੀ ਚੱਲ ਜਾਓ, ਇੰਡਸਟਰੀ ਬਿਲਕੁਲ ਫੇਲ ਹੋ ਗਿਆ ਵਾ ਜੀ, ਕਿਸੇ ਵੀ ਕਿਸਮ ਦਾ ਲਾ ਲਈਏ, ਇਸ ਵੇਲੇ ਵਪਾਰ ਸਭ ਕੁਝ ਫੇਲ ਹੋ ਚੁੱਕਾ ਵਾ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕੀਤਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਜੀ। ਬਿਲਕੁਲ, ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਵੱਲੋਂ ਵਾਅਦੇ ਜਿਹੜੇ ਕੀਤੇ ਗਏ ਨੇ ਉਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਾਅਦੇ ਜਿਹੜੇ ਬਿਲਕੁਲ ਪੂਰੇ ਕੀਤੇ ਨੇ। ਵੀਰ ਜੀ, ਆਪ ਜੀ ਦਾ ਨਾਮ? ਮੇਰਾ ਨਾਮ ਅਜੇ ਪਾਲ ਹੈ ਜੀ। ਵੀਰ ਜੀ, ਅਸੀਂ ਅਗਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਕੰਮਾਂ ਦੀ, ਉਹਨਾਂ ਕੰਮਾਂ ਦੇ ਵਿੱਚ ਐਸੇ ਕੋਈ 4 ਕੰਮ ਗਿਣਾ ਸਕਦੇ ਹੋ ਜਾਂ 3 ਕੰਮ ਗਿਣਾ ਸਕਦੇ ਜਿਨ੍ਹਾਂ ਨਾਲ ਪੰਜਾਬ ਦੀ ਤਰੱਕੀ ਹੋਈ ਹੋਵੇ? ਵੇਖੋ ਜੀ, ਪੰਜਾਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਸਾਡੇ ਕੋਲ ਇੱਕ ਸਿਰਫ ਖੇਤੀਬਾੜੀ ਦੇ ਨਿਰਭਰ ਸੂਬਾ, ਇਸ ਨੂੰ ਚਲਾਉਣ ਵਾਸਤੇ ਸਾਡੇ ਕੋਈ ਹੋਰ ਜਿੱਦਾਂ ਮਤਲਬ ਕੋਲਾ ਹੋ ਗਿਆ, ਦੂਜੀਆਂ ਚੀਜ਼ਾਂ ਸਾਡੀ ਧਰਤੀ 'ਚ ਨਹੀਂ ਹੈਗੀਆਂ। ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਬਿਜਲੀ ਸਰਪਲਸ ਕੀਤੀ, ਉਹਦੇ ਨਾਲ ਇੰਡਸਟਰੀ ਨੂੰ ਪ੍ਰਫੁੱਲਿਤ ਕੀਤਾ, ਉਸ ਤੋਂ ਅੱਗੇ ਰੁਜ਼ਗਾਰ ਵਧਿਆ। ਤੁਸੀਂ ਆਪ ਹੀ ਦੇਖ ਲਓ ਕਿੱਦਾਂ ਹੁਣ ਤਾਂ ਅਜਿਹਾ ਹਾਲ ਹੋਇਆ ਪਿਆ, ਐਂ ਲੱਗਦਾ ਜੀ ਬਿਨਾਂ CM ਤੋਂ ਹੀ ਪੰਜਾਬ ਚੱਲ ਰਿਹਾ। ਜੀ ਜੀ ਬਿਲਕੁਲ, ਤੁਹਾਡਾ ਇਹ ਤਾਂ ਕਹਿਣਾ ਕਿ ਬਿਨਾਂ CM ਤੋਂ ਪੰਜਾਬ ਚੱਲ ਰਿਹਾ, ਪਰ ਪੰਜਾਬ ਚੱਲ ਤਾਂ ਰਿਹਾ, ਜੋ ਹਾਲਾਤ ਨੇ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕਿਹੜੀਆਂ ਕਮੀਆਂ ਲੱਗ ਰਹੀਆਂ ਮੌਜੂਦਾ ਸਰਕਾਰ ਦੇ ਵਿੱਚ, ਜਿਹੜੀਆਂ ਸੁਖਬੀਰ ਬਾਦਲ ਨੇ ਆਉਂਦਿਆਂ ਹੀ 2 ਸਾਲ ਦੇ ਵਿੱਚ ਉਹ ਪੂਰੀਆਂ ਕੀਤੀਆਂ ਸੀ, ਹੁਣ ਵੀ 2 ਸਾਲ ਦੀ ਸਰਕਾਰ ਹੈ ਔਰ ਕਾਂਗਰਸ ਕੋਲ ਉਹ ਨਹੀਂ ਹੋ ਸਕੀਆਂ?
ਵੇਖੋ ਜੀ, ਕਾਂਗਰਸ ਜਿਉਂ ਬਣੀ ਆ, ਤੁਸੀਂ ਇਹਨਾਂ 'ਚ ਕਮੀਆਂ ਕਮੀਆਂ ਨੇ, ਕੋਈ ਪੂਰਾ ਵਾਅਦਾ ਇਹਨਾਂ ਕੀਤਾ ਨਹੀਂ। ਇਹਨਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਇੱਕ ਲਾਰਾ ਲਾਇਆ। ਮੈਂ ਤਾਂ ਸਮਝਦਾ, ਪਿਛਲੇ ਦਿਨੀ ਤੁਸੀਂ ਸੁਣਿਆ ਵੱਡੇ ਬਾਦਲ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਵਾ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਜਾਂਦਾ, ਜਿਹੜੀ ਪਾਰਟੀ ਨਹੀਂ ਕਰਦੀ ਉਹਨੂੰ ਜਿਹੜਾ ਅਗਲੀ ਇਲੈਕਸ਼ਨ ਲੜਨ ਤੋਂ ਉਹਨੂੰ ਬਾਹਰ ਕਰ ਦੇਣਾ ਚਾਹੀਦਾ। ਅੱਛਾ ਵੀਰ ਜੀ, ਇਹ ਦੱਸਦੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਕਿਹੜੀ ਸੈਕੂਲਰ ਪਾਰਟੀ ਹੈ ਕਿ ਪੰਥਕ ਪਾਰਟੀ ਹੈ? ਵੇਖੋ ਜੀ, ਸੈਕੂਲਰ ਵੀ ਆ, ਪੰਥਕ ਵੀ ਆ, ਇਹ ਦੋ ਤਾਂ ਨਹੀਂ ਹੋ ਸਕਦੀਆਂ। ਚਾਹੇ ਸੈਕੂਲਰ ਹੈ ਜਾਂ ਪੰਥਕ ਹੈ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹ ਪੰਥਕ ਹੈ, ਇਹ ਸੈਕੂਲਰ ਹੈ ਕਿ ਪੰਥਕ ਹੈ? ਨਹੀਂ ਵੇਖੋ ਜੀ, ਟਕਸਾਲੀ ਸ਼ਬਦ ਲਾਉਣ ਨਾਲ ਕੋਈ ਪੰਥਕ ਨਹੀਂ ਬਣਦਾ, ਇਹਦੇ ਵਾਸਤੇ ਬੜਾ ਕੁਝ ਕਰਨਾ ਪੈਂਦਾ ਆ ਜ਼ਿੰਦਗੀ ਦਾ। ਮੈਂ ਸਵਾਲ ਸਿਰਫ ਇਹ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਹੈ ਕਿ ਪੰਥਕ ਹੈ? ਵੇਖੋ ਜੀ, ਤੁਰੀ ਪੰਥਕ ਆ, ਪੰਥਕ ਤੋਂ ਹੀ ਤੁਰੀ ਆ, ਪਰ ਹੁਣ ਰਹੀ ਨਹੀਂ। ਨਹੀਂ ਨਹੀਂ ਬਿਲਕੁਲ, ਕਿਉਂ ਨਹੀਂ ਰਹੀ, ਬਿਲਕੁਲ ਰਹੀ ਆ, ਹੁਣ ਵੀ ਉਸੇ 'ਤੇ ਅਸੀਂ ਚੱਲਦੇ ਹਾਂ। ਬਾਕੀ ਤੁਸੀਂ ਆਪ ਸਿਆਣੇ ਹੋ, ਸਮੇਂ ਦੇ ਨਾਲ ਨਾਲ ਹਾਲਾਤ ਬਦਲਦੇ ਨੇ, ਉਹਦੇ ਨਾਲ ਸਾਡੀਆਂ ਲੋੜਾਂ ਬਦਲਦੀਆਂ ਵਾ, ਸਾਡਾ ਸਮਾਂ ਬਦਲਦਾ, ਇਸ ਕਰਕੇ ਸਾਨੂੰ ਸਮਾਜ 'ਚ ਵਿਚਰਨਾ ਪੈਂਦਾ। ਅਸੀਂ ਅੱਜ ਦੇਖ ਰਹੇ ਹਾਂ ਜੀ, ਸ਼੍ਰੋਮਣੀ ਅਕਾਲੀ ਦਲ ਦੀ ਜਦ ਰੈਲੀ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਦਾ ਜਦ ਇਕੱਠ ਹੁੰਦਾ ਸੀ, ਪੱਗਾਂ ਦੀ ਭਰਮਾਰ ਹੁੰਦੀ ਸੀ, ਪੱਗਾਂ ਹੀ ਪੱਗਾਂ ਹੁੰਦੀਆਂ ਸੀ। ਅਸੀਂ ਅੱਜ ਦੇਖ ਪਾ ਰਹੇ ਹਾਂ ਕਿ ਇੱਥੇ ਸਿਰਾਂ 'ਤੇ ਪੱਗਾਂ ਨਹੀਂ ਹੈਗੀਆਂ। ਅਸੀਂ ਮਤਲਬ ਇਹ ਕਾਰਨ ਕੀ ਹੈ, ਵਜ੍ਹਾ ਕੀ ਹੈ? ਹੁਣ ਅਸੀਂ ਤੁਸੀਂ ਕਹਿੰਦੇ ਕਿ ਪੰਥਕ ਪਾਰਟੀ ਹੈ, ਇਹਦਾ ਮਤਲਬ ਕਿ ਅਸੀਂ ਘੋਨੇ ਮੋਨੇ ਪੰਥਕ ਹੋਏ? ਨਹੀਂ, ਇਹ ਗੱਲ ਇਵੇਂ ਆ ਜੀ, ਇਹਦੇ 'ਚ ਅਸੀਂ ਪਾਰਟੀ ਨੂੰ ਦੋਸ਼ ਨਹੀਂ ਦੇ ਸਕਦੇ, ਸਾਡੀਆਂ ਆਪਣੀਆਂ ਕਮੀਆਂ ਨੇ। ਪਹਿਲਾਂ ਜਿੱਦਾਂ ਕਿ ਪੰਜਾਬ ਜਿਹੜਾ ਸੀ ਊੜਾ ਅਤੇ ਜੂੜਾ, ਤੁਹਾਨੂੰ ਪਤਾ ਆ ਇਹ ਪੰਜਾਬ ਦੀ ਨਿਸ਼ਾਨੀ ਸੀ, ਪਰ ਸਾਡੇ ਬੱਚੇ ਜਿਉਂ ਜਿਉਂ ਵਿਦੇਸ਼ ਜਾਣ ਲੱਗ ਗਏ, ਵਿਦੇਸ਼ੀ ਕਲਚਰ ਆਉਣ ਲੱਗ ਗਿਆ, ਮੀਡੀਆ ਆਪਣੇ ਸੋਸ਼ਲ ਨੈਟਵਰਕਿੰਗ ਜਿਹੜੀ ਆ, ਹਰ ਚੀਜ਼ ਆਉਣ ਲੱਗ ਗਈ, ਥੋੜ੍ਹਾ ਜਿਹਾ ਅਸੀਂ ਆਪਣੇ ਆਪ ਹੀ, ਸਾਡੀ ਗਲਤੀ ਹੈ, ਪਾਰਟੀ ਦੀ ਕੋਈ ਗਲਤੀ ਨਹੀਂ, ਲੋਕਾਂ ਦੀ ਗਲਤੀ ਹੈ ਜਿਹੜੀ ਅਸੀਂ ਸਾਡੇ ਸਿਰ 'ਤੇ ਪੱਗ ਨਹੀਂ ਆ। ਇਹ ਸਾਡੀ ਵਾਸਤੇ ਇੱਕ ਮੰਦਭਾਗੀ ਗੱਲ ਆ, ਅਤੇ ਅੱਗੇ ਤੋਂ ਅਸੀਂ ਇਹ ਕੋਸ਼ਿਸ਼ ਜ਼ਰੂਰ ਕੀਤੀ ਆ, ਮੈਂ ਵੀ ਕੀਤੀ ਆ, ਹੋਰ ਵੀ ਗਾਂਹ ਕਰਦੇ ਹਾਂ ਵੀ ਇਸ ਨੂੰ ਜਿਹੜਾ ਵਾ ਊੜਾ ਅਤੇ ਜੂੜੇ ਨਾਲ ਫਿਰ ਜੋੜ। ਅੱਛਾ, ਇੱਕ ਚੀਜ਼ ਆ, ਸਾਡੇ ਨਾਲ ਵੀਰ ਜਿਹੜੇ ਸੀਗੇ ਜੁੜੇ ਸੀ, ਅਕਾਲੀ ਦਲ ਦੇ ਸਾਰੇ ਸਮਰਥਕ ਸੀਗੇ ਔਰ ਸਾਰੇ ਗੱਲਬਾਤ ਕਰ ਰਹੇ ਸੀਗੇ, ਲੇਕਿਨ ਗੱਲਬਾਤ ਕਰਦਿਆਂ ਕਰਦਿਆਂ ਨਾ ਉਹਨਾਂ ਨੇ ਦੇਖਿਆ ਕਿ ਜਿੰਨੇ ਲੋਕ ਆ ਰਹੇ ਆ ਨਾ, ਉਸ ਤੋਂ ਜ਼ਿਆਦਾ ਵਾਪਸ ਜਾ ਰਹੇ ਆ, ਬਾਹਰ ਨੂੰ ਜਾ ਰਹੇ ਆ, ਹਾਜ਼ਰੀ ਜਿੱਦਾਂ ਐਂਟਰੀ ਕਿਸੇ ਨੇ ਕਰਾਈ 'ਤੇ ਚਲੇ ਜਾ ਰਹੇ ਆ, ਔਰ ਉਹ ਵੀਰ ਜਿਹੜੇ ਸੀ ਹੁਣ ਡਿਬੇਟ ਤੋਂ ਵੀ ਸਾਈਡ 'ਤੇ ਹੋ ਗਏ ਨੇ। ਕਾਰਨ ਹੈ ਕਿ ਉਹ ਭੀੜ ਨੂੰ ਇਕੱਠਾ ਕਰ ਰਹੇ ਨੇ। ਸੁਖਬੀਰ ਬਾਦਲ ਜੀ, ਉਹਨਾਂ ਦੇ ਆਉਣ ਦਾ ਟਾਈਮ ਹੋ ਗਿਆ, ਅਤੇ ਪੰਡਾਲ 'ਚ ਝਾਤੀ ਮਾਰੀਏ ਤਾਂ ਰਸ਼ ਹੈ ਨਹੀਂ ਗਾ, ਅਸੀਂ ਕੀ ਮੰਨੀਏ ਕਿ ਸੁਖਬੀਰ ਬਾਦਲ ਦੀ ਲੋਕਪ੍ਰਿਯਤਾ ਖਤਮ? ਨਹੀਂ ਨਹੀਂ, ਇਹ ਅਜਿਹਾ ਨਹੀਂ ਗਾ। ਵੇਖੋ ਜੀ, ਅਸੀਂ ਟਾਈਮ ਆ ਜਿਹੜਾ 2 ਵਜੇ ਦਾ ਲੋਕਾਂ ਨੂੰ ਦਿੱਤਾ, ਇਸ ਕਰਕੇ ਕੁਝ ਲੋਕ ਜਿਵੇਂ ਪਹਿਲਾਂ ਆ ਜਾਂਦੇ ਨੇ, ਕੋਈ ਥੋੜ੍ਹਾ ਕੋਈ ਗਰਮੀ ਦਾ ਮਾਹੌਲ ਕਰਕੇ ਉਹ ਬਾਹਰ ਨਹੀਂ ਕੋਈ ਗਏ, ਉਹ ਜ਼ਰੂਰ ਇੱਧਰ ਉੱਧਰ ਕੋਈ ਪਾਣੀ ਪੀਣ ਵਾਸਤੇ, ਕੋਈ ਦੇਖੋ ਸਾਰਾ ਪੰਡਾਲ ਵੀ ਭਰਿਆ, ਉਹ ਬੈਠਣ ਵਾਸਤੇ ਜਗ੍ਹਾ ਬਣੀ ਹੈ, ਥੋੜ੍ਹਾ ਗਰਮੀ ਕਰਕੇ ਜ਼ਰੂਰ ਹੋ ਜਾਂਦਾ, ਕੋਈ ਬਿਮਾਰ ਆ, ਕੋਈ ਪੇਸ਼ੈਂਟ ਵੀ ਆ ਜਾਂਦੇ ਨੇ, ਉਹਨਾਂ ਨੂੰ ਥੋੜ੍ਹਾ ਹੁੰਦਾ, ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਵੀ ਇੱਥੋਂ ਜਾ ਰਹੇ ਨੇ, ਜਿਹੜੇ ਨੇ ਉਹ ਸਾਰੇ ਇੱਥੇ ਹੀ ਇਕੱਠੇ ਹੋਣਗੇ, ਬਾਦਲ ਸਾਹਿਬ ਆਉਣਗੇ, ਤੁਸੀਂ ਆਪ ਹੀ ਦੇਖ ਲਿਓ ਜੀ। ਬਿਲਕੁਲ, ਜਿਵੇਂ ਸਾਡੇ ਨਾਲ ਕੁਝ ਵੀਰ ਹੋਰ ਵੀ ਜੁੜੇ ਨੇ, ਅਸੀਂ ਇਹਨਾਂ ਦੇ ਨਾਲ ਵੀ ਗੱਲ ਕਰਦੇ। ਭਾਅ ਜੀ, ਆਪ ਜੀ ਕਿਹੜੀ ਜਗ੍ਹਾ ਤੋਂ ਆਏ ਹੋ, ਕੀ ਨਾਂ ਤੁਹਾਡਾ? ਅਸੀਂ ਕੋਸ਼ਿਸ਼ ਕਰਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਲੋਕ ਰੁਕਦੇ ਨਹੀਂ ਹੈ, ਕਿਉਂਕਿ ਜੇ ਟਕਸਾਲੀ ਹੋਣ ਤਾਂ ਉਹਨਾਂ ਦੀਆਂ ਬ੍ਰੇਕਾਂ ਨਾ ਲੱਗਣੇ ਕਿੱਦਾਂ ਹੋ ਸਕਦਾ? ਸਾਡੇ ਨਾਲ ਆ ਵੀ ਵੀਰ ਜੁੜੇ ਨੇ, ਅਸੀਂ ਇਹਨਾਂ ਤੋਂ ਵੀ ਗੱਲ ਕਰਦੇ ਹਾਂ। ਹਾਂ ਛੋਟੇ ਵੀਰ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਸੀ ਵੀਰ ਬਟਾਲੇ ਤੋਂ ਆਏ ਹਾਂ ਅਸੀਂ। ਕਿਹੜੀ ਜਗ੍ਹਾ ਤੋਂ? ਬਟਾਲਾ ਪਿੰਡ ਸ਼ਾਹਪੁਰਾ ਤੋਂ ਆਏ। ਅੱਛਾ, ਇਹ ਕਿਸ ਪਾਰਟੀ ਨਾਲ ਸੰਬੰਧਿਤ ਹੋ ਤੁਸੀਂ? ਅਸੀਂ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਹਾਂ। ਅੱਛਾ, ਅਤੇ ਉਹ ਸੁਖਬੀਰ ਬਾਦਲ, ਉਹ ਤੁਹਾਨੂੰ, ਤੁਸੀਂ ਉਹਨੂੰ ਆਪਣਾ ਲੀਡਰ ਮੰਨਦੇ ਹੋ, ਤਾਂ ਸੁਖਬੀਰ ਬਾਦਲ ਦੇ ਕੋਈ ਮੈਨੂੰ ਐਸੇ 4 ਕੰਮ ਗਣਾਓ ਜਿਹੜੇ ਨੌਜਵਾਨਾਂ ਵਾਸਤੇ ਉਹਨਾਂ ਕੀਤੇ ਹੋਣ। ਨਸ਼ਾ ਛਡਾਊ ਕੇਂਦਰ, ਇਹ ਵੀ ਉਹਨਾਂ ਨੇ ਕੀਤਾ ਕਿ ਨਹੀਂ, ਲੋਕ ਇਹ ਕੁੜੀਆਂ ਨੂੰ ਫ੍ਰੀ ਪੜ੍ਹਾਈ, ਸਾਈਕਲ ਵੀ ਫ੍ਰੀ ਦਿੱਤੇ, ਅਤੇ ਹੋਰ ਕੁੜੀਆਂ ਨੂੰ, ਲੋਕਾਂ ਨੂੰ ਕੀ ਨਹੀਂ, ਰੁਜ਼ਗਾਰ ਵੀ ਦਿੱਤੇ, ਅਤੇ ਹੋਰ ਲੋਕਾਂ ਨੂੰ ਕੀ ਨਹੀਂ, ਨਸ਼ਾ ਅਕਾਲੀ ਦਲ ਦੇ ਜਿਹੜੀ ਆ ਰੈਲੀ ਦੇ ਵਿੱਚ ਅਕਾਲੀ ਦਲ ਦੇ ਜੁਝਾਰੂ ਵਰਕਰ ਆਏ ਨੇ। ਹਾਂਜੀ, ਕੀ ਨਾਂ ਤੁਹਾਡਾ ਜੀ? ਹਾਂਜੀ, ਗੁਰਜਿੰਦਰ ਸਿੰਘ ਜੀ। ਗੁਰਜਿੰਦਰ ਸਿੰਘ ਜੀ, ਕਿੱਥੋਂ ਆਏ ਤੁਸੀਂ? ਹਾਂਜੀ, ਮੁਲਿਆਲ ਤੋਂ। ਅੱਛਾ ਗੁਰਿੰਦਰ ਸਿੰਘ ਜੀ, ਤੁਸੀਂ ਆਏ ਨਹੀਂ, ਤੁਸੀਂ ਤਾਂ ਜਾ ਰਹੇ ਹੋ, ਜਾ ਕਿਉਂ ਰਹੇ ਹੋ? ਨਹੀਂ, ਜਾ ਨਹੀਂ ਰਹੇ, ਮਤਲਬ ਮੁੰਡੇ ਆਏ ਹੋਰ ਵੀ ਨਾ, ਉਹਨਾਂ ਨੂੰ ਲੈਣ ਜਾ ਰਹੇ ਹਾਂ। ਅੱਛਾ, ਚਲੋ, ਇਹ ਬਹਾਨਾ ਸੁਣਾ, ਪਰ ਮਤਲਬ ਕਾਰਨ ਕੀ ਜਾਣਦਾ ਵੈਸੇ, ਕਿ ਗਰਮੀ ਅੰਦਰ ਲੱਗ ਰਹੀ ਹੈ, ਇੰਤਜ਼ਾਮ ਨਹੀਂ ਖਾਣ ਪੀਣ ਦਾ? ਠੀਕ ਸੀ, ਇਹ ਸਾਰਾ ਇੰਤਜ਼ਾਮ ਹੋਇਆ ਵਾ ਕੀਤਾ ਇਹਨਾਂ ਨੇ, ਅਤੇ ਮੁੰਡੇ ਹੋਰ ਵੀ ਹੋਰ ਕਿਹੜਾ ਕਿਹੜਾ ਇੰਤਜ਼ਾਮ ਹੈਗਾ? ਹਾਂਜੀ, ਨਹੀਂ ਨਹੀਂ, ਉਹ ਇੰਤਜ਼ਾਮ ਨਹੀਂ ਹੈਗਾ। ਹਾਂਜੀ ਹਾਂਜੀ, ਕਿਹੜਾ ਹੋਰ? ਹੁਣ ਮੁੰਡੇ ਯਾਰ ਦੋਸਤ ਬਾਹਰ ਹੋਰ ਵੀ ਆਏ, ਤਾਂ ਉਹਨਾਂ ਨੂੰ ਮਤਲਬ ਲੈਣ ਚੱਲਾਂ ਵਾ, ਅਤੇ ਆ ਗਏ ਆਪਾਂ ਫਿਰ। ਹਾਂ, ਹੁਣ ਇੱਕ ਮਿੰਟ ਗੱਲ 'ਤੇ ਸੁਣ ਲਾ, ਗੱਲ 'ਤੇ ਸੁਣ ਲਾ। ਅੱਛਾ, ਮੈਨੂੰ ਇਹ ਨਹੀਂ ਗੱਲ ਦੱਸੀ, ਤੂੰ ਸੁਖਬੀਰ ਬਾਦਲ, ਤੁਸੀਂ ਅਕਾਲੀ ਦਲ ਨਾਲ ਕਹਿੰਦੇ ਸੀ ਸੰਬੰਧਿਤ ਆ, ਸੁਖਬੀਰ ਬਾਦਲ ਨੂੰ ਤੁਸੀਂ ਆਪਣਾ ਲੀਡਰ ਮੰਨਦੇ ਹੋ, ਸੁਖਬੀਰ ਬਾਦਲ ਦੀਆਂ ਕੋਈ 4 ਆਦਤਾਂ ਦੱਸ ਜਿਹੜੀਆਂ ਤੈਨੂੰ ਪਸੰਦ ਨੇ? ਮਤਲਬ ਜਿਹੜੀ
ਕਰਨ ਡੇ ਆ ਮੁੰਡਿਆਂ ਨੂੰ ਜਿੰਮ ਦਿੱਤਾ ਵਾ ਪਿੰਡਾਂ ਦੇ ਵਿੱਚ ਅੱਛਾ ਹਾਂਜੀ ਰੋਜ਼ਗਾਰ ਦਿੱਤਾ ਵਾ ਹਾਂਜੀ ਤੇ ਆਟਾ ਦਾਲ ਦੇਣ ਡੇ ਆ ਮੁੰਡਿਆਂ ਨੂੰ ਨਹੀਂ ਮਤਲਬ ਫੈਮਿਲੀ ਨੂੰ ਕਰਦਿਆਂ ਨੂੰ ਗਰੀਬਾਂ ਲੋਕਾਂ ਨੂੰ ਵਿਆਹ ਕਰਨ ਡੇ ਕੁੜੀਆਂ ਦੇ ਅੱਛਾ ਨੌਕਰੀਆਂ ਮਤਲਬ ਆਟੇ ਦਾਲ ਜੋਗੇ ਤੁਹਾਨੂੰ ਕਰਦੇ ਕਿਉਂ ਨਹੀਂ ਮਤਲਬ ਤੁਹਾਨੂੰ ਕਿਉਂ ਨਹੀਂ ਨੌਕਰੀ ਦਿੰਦੇ ਵੀ ਆਟਾ ਦਾਲ ਵਧੀਆ ਵਧੀਆ ਖਾਓ ਹਾਂਜੀ ਜੇ ਆਪਾਂ ਪੜਾਂਗੇ ਤੇ ਫੇਰੀ ਆ ਹੁਣ ਸਾਰੇ ਪੜਦੇ ਨਹੀਂ ਨਾ ਹਾਂਜੀ ਪੜਦੇ ਥੋੜਾ ਸਾਰੇ ਅੱਛਾ ਸੁਖਬੀਰ ਬਾਦਲ ਦੇ ਕੋਈ ਹੋਰ ਦੋ ਕੰਮ ਜਿਹੜੇ ਮੁੰਡਿਆਂ ਨੂੰ ਬੜੇ ਪਸੰਦ ਨੇ ਕਬੱਡੀ ਅੱਛਾ ਹਾਂਜੀ ਕਬੱਡੀ ਗਰਾਉਂਡਾਂ ਦਿੱਤੀਆਂ ਵੱਡੀਆਂ ਹਾਂਜੀ ਪਿੰਡਾਂ ਦੇ ਵਿੱਚ ਹਾਂਜੀ ਪਿੰਡਾਂ ਜਾ ਕੇ ਵੇਖਿਓ ਸੜਕਾਂ ਵਾਲੀ ਆਪਾਂ ਬਣਾ ਲਏ ਪਿੰਡ ਵਧੀਆ ਬਣਾਉਂਦੇ ਉਹਨਾਂ ਦੇ ਅੱਛਾ 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 ਜੀ ਹਾਂ ਦੱਸੋ ਤੁਸੀਂ ਜੀ ਆਓ ਦੱਸੋ ਤੁਸੀਂ ਕੋਈ ਕੰਮ ਨਹੀਂ ਨਹੀਂ ਕੰਮ ਕੀ ਕਹੇ ਤਾਂ ਮੈਂ ਸੁਖਬੀਰ ਬਾਦਲ ਨੇ ਕੰਮ ਨਹੀਂ ਕੀਤਾ ਕੋਈ ਵੀ ਮੈਂ ਜੀ ਸਿੱਧੀ ਗੱਲ ਕਹੂੰਗਾ ਜੀ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਮੈਂ ਉਹੀ ਤਾਂ ਪੁੱਛ ਰਿਹਾ ਸਾਨੂੰ ਇਹ ਨਹੀਂ ਕਹਿੰਦੀ ਸਰਕਾਰ ਬਹੁਤ ਹੀ ਵਧੀਆ ਮੇਰੇ ਵਾਸਤੇ ਮੈਂ ਤੇ ਆਹ ਗੱਲ ਕਹੂੰਗਾ ਬਸ ਕਿੱਦਾਂ ਮਤਲਬ ਉਹ ਕੀ ਇਹੋ ਜਿਹਾ ਸਾਡੇ ਸਾਰੇ ਅਕਾਲੀ ਸਰਕਾਰ ਵਾਸਤੇ ਸਾਰੇ ਕੰਮ ਵਧੀਆ ਵੀਰ ਜੀ ਮੈਂ ਅੱਜ ਤਾਂ ਪੁੱਛ ਰਿਹਾ ਦੁਨੀਆ ਨੂੰ ਅਸੀਂ ਦੱਸਣਾ ਅਕਾਲੀ ਸਰਕਾਰ ਇੰਨੀ ਵਧੀਆ ਵਾ ਭਰਾ ਮੇਰਾ ਦੱਸੇ ਸਹੀ ਵੇਖੋ ਜੀ ਕਾਂਗਰਸ ਨੇ ਇੰਨੇ ਵਾਅਦੇ ਕੀਤੇ ਸੀਗੇ ਜੀ ਮੁੰਡੇ ਤੇਰੇ ਵਾਸਤੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਨੇ ਮੇਰੀ ਗੱਲ ਸੁਣੋ ਨਾ ਮੈਂ ਉਹੀ ਤਾਂ ਤੁਹਾਨੂੰ ਦੱਸਣ ਲੱਗਾ ਕਿ ਮੁੰਡਿਆਂ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਫੋਨ ਦੇਵਾਂਗੇ ਅਕਾਲੀ ਦੇ ਕਾਂਗਰਸ ਨੇ ਤੁਹਾਨੂੰ ਨੌਕਰੀਆਂ ਦਿੱਤੀ ਜਾਣਗੇ ਨਸ਼ਾ ਬੰਦ ਹੋ ਜੂਗਾ ਫਲਾਣਾ ਹੋ ਜੂਗਾ ਉਹ ਜੂ ਕੁਛ ਨਹੀਂ ਆ ਅੱਛਾ ਸੁਖਬੀਰ ਬਾਦਲ ਨੂੰ ਅਕਸਰ ਲੋਕ ਸੋਸ਼ਲ ਮੀਡੀਆ ਤੇ ਜਾਂ ਵਿਰੋਧੀ ਗੱਪੀ ਕਹਿੰਦੇ ਆ ਤੁਹਾਨੂੰ ਲੱਗਦਾ ਗੱਪੀ ਨਹੀਂ 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 ਗੱਪੀ ਨਹੀਂ ਆਈ ਕਿਉਂ ਕਹਿੰਦੇ ਆ ਕਿਉਂ ਕਹਿੰਦੇ ਨਹੀਂ ਇਹ ਹੁਣ ਹਰ ਇੱਕ ਦਾ ਮੂੰਹ ਕਹੀ ਆ ਜਿੰਨੇ ਮਰਜ਼ੀ ਕਹੀ ਜਾਣ ਪਰ ਸਾਡੇ ਵਾਸਤੇ ਨਹੀਂ ਗੱਪੀ ਠੀਕ ਹੈ ਮਤਲਬ ਉਹ ਜੋ ਕਹਿੰਦੇ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਬਿਲਕੁਲ ਸੱਚ ਬੋਲਦੇ ਹਾਂ ਹਾਂ ਸੱਚ ਬਿਲਕੁਲ ਪਾਣੀ ਵਾਂਗੂ ਜੀ ਅੱਛਾ ਤੁਸੀਂ ਜਾਣ ਕਿਉਂ ਡੇ ਜੇ ਇੰਨੀ ਤੁਹਾਡੇ ਮੁੰਡੇ ਆਏ ਬਾਹਰ ਆਪਾਂ ਲੈਣ ਜਾਣਦੇ ਆ ਨਹੀਂ ਨਹੀਂ ਵੈਸੇ ਹੀ ਵੈਸੇ ਲੈਣ ਜਾਣੇ ਇਹਨਾਂ ਨੂੰ ਚਲੋ ਐਦਾਂ ਨਾ ਕਹੋ ਅਸੀਂ ਵੀ ਬਹਾਨੇ ਜਾਣਦੇ ਆ ਅੱਛਾ ਜਾਓ ਲੈ ਕੇ ਆਓ ਮੈਨੂੰ ਇੱਥੇ ਮਿਲਿਓ ਮੁੰਡੇ ਕਿੰਨੇ ਆ ਆਪਾਂ ਦੇਖਦੇ ਆ ਜ਼ਰੂਰ ਦੇਖਦੇ ਜੀ ਆਪਾਂ ਮੁੰਡੇ ਚੱਲੇ ਨੇ ਆਹ ਕਰੀ ਫਿਰ ਅਸੀਂ ਤੁਹਾਨੂੰ ਰੈਲੀ ਦਾ ਰੁੱਖ ਕਰਦੇ ਹਾਂ ਆਹ ਸਾਹਮਣੇ ਦੇਖ ਰਹੇ ਹਾਂ ਅਸੀਂ ਵੀ ਪੰਡਾਲ ਹੌਲੀ ਹੌਲੀ ਜਿਹੜਾ ਪੰਡਾਲ ਦੇ ਵਿੱਚ ਜਨਤਾ ਪਹੁੰਚਣੀ ਸ਼ੁਰੂ ਹੋਈ ਹੈ ਪੰਡਾਲ ਭਰ ਰਿਹਾ ਪਰ ਜਿਵੇਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਲੋਕਾਂ ਦੇ ਨਾਲ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਆਈ ਹੋਈ ਜਨਤਾ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੁਖਬੀਰ ਬਾਦਲ ਦੇ ਕਿਹੜੇ ਕਿਹੜੇ ਕੰਮ ਹੈ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ ਕਿਹੜੇ ਕਾਰਨਾਂ ਕਰਕੇ ਸੁਖਬੀਰ ਬਾਦਲ ਨੰਬਰ ਇੱਕ ਹੋ ਰਿਹਾ ਲੇਕਿਨ ਪਰ ਆਹ ਦੇਖ ਰਹੇ ਹਾਂ ਅਸੀਂ ਜਿਵੇਂ ਮੁੰਡੇ ਆ ਤਾਂ ਰਹੇ ਨੇ ਪਰ ਜਿਵੇਂ ਅੱਗੇ ਕੈਮਰਾ ਚੱਲ ਰਿਹਾ ਉਹਨਾਂ ਨੂੰ ਲੱਗਦਾ ਕਿ ਕੋਈ ਸਵਾਲ ਨਾ ਹੋ ਜਾਏ ਇਸ ਕਰਕੇ ਉਹਨਾਂ ਦੀਆਂ ਬ੍ਰੇਕਾਂ ਜਿਹੜੀਆਂ ਹੌਲੀ ਨਾਲ ਲੱਗ ਰਹੀਆਂ ਨੇ ਸੋ ਫਿਰ ਹੁਣ ਯੂਥ ਇਹ ਬਾਹਰ ਦਾ ਐਕਸਿਟ ਦਾ ਰਸਤਾ ਆਪਾਂ ਕੁਝ ਅੱਛਾ ਵੀਰ ਜੀ ਆਪਾਂ ਜਾ ਕਿਉਂ ਰਹੇ ਹਾਂ ਕਾਰਨ ਕੀ ਹੈ ਭਾਜੀ ਜਾ ਕਿਉਂ ਮੇਰਾ ਨਿਆਣਾ ਭਰਾ ਆਪਣੇ ਬੰਦੇ ਆਏ ਆ ਹੋਰ ਸੱਜਣ ਮਿੱਤਰ ਆਏ ਉਹਨਾਂ ਨੂੰ ਲੈਣ ਜਾ ਰਹੇ ਹਾਂ ਜੀ ਬਾਹਰ ਅੱਛਾ ਅੱਛਾ ਹਾਂਜੀ ਅੱਛਾ ਜਿਹੜਾ ਵੀ ਜਾ ਰਿਹਾ ਉਹ ਗੱਲ ਹੀ ਕਹਿ ਰਿਹਾ ਕਿ ਬਾਹਰ ਬੰਦੇ ਆਏ ਅਸੀਂ ਉਹਨਾਂ ਨੂੰ ਲੈਣ ਭਾਜੀ ਸਾਡਾ ਤੇ ਮੇਨ ਪ੍ਰੋਗਰਾਮ ਸਾਡਾ ਇੱਥੇ ਇੰਦਰ ਸੇਗੜੀ ਸਾਹਿਬ ਨਾਲ ਆਪਣੇ ਬਹੁਤ ਬਹੁਤ ਨੇੜਤਾ ਸਾਡੀ ਅੱਛਾ ਤੇ ਹੋਰ ਜਿਹੜੇ ਵੀਰ ਭਰਾ ਆਏ ਬਾਹਰ ਉਹਨਾਂ ਨੂੰ ਲੈਣ ਚੱਲੇ ਹਾਂ ਅੱਛਾ ਹਾਂਜੀ ਕਿੱਥੋਂ ਆਏ ਵੀਰ ਭਰਾ ਬਟਾਲੇ ਦੇ ਜਾਂ ਲੋਕਲ ਜੀ ਅੱਛਾ ਚਲੋ ਜਾਂਦੇ ਜਾਂਦੇ ਮੈਨੂੰ ਇੱਕ ਗੱਲ ਦੱਸਿਓ ਕਿ ਸੁਖਬੀਰ ਬਾਦਲ ਤੁਹਾਡੇ ਵਾਸਤੇ ਕੀ ਹੈ ਯਾਰ ਸੁਖਬੀਰ ਬਾਦਲ ਮਤਲਬ ਸਾਡੇ ਇਹ ਗਲਤ ਜਿਹਾ ਸਵਾਲ ਪੁੱਛ ਲਿਆ ਭਾਈ ਚਲੋ ਨਹੀਂ ਵੇਖ ਲਓ ਜੀ ਗਲਤ ਸਵਾਲ ਹੈ ਸੁਖਬੀਰ ਬਾਦਲ ਮੈਂ ਪੁੱਛਿਆ ਕਿ ਇਹਨਾਂ ਵਾਸਤੇ ਕੀ ਹੈ ਉਹ ਕਹਿੰਦੇ ਸਵਾਲ ਹੀ ਗਲਤ ਹੈ ਬਿਲਕੁਲ ਇਹ ਯੂਥ ਹੈ ਪੰਜਾਬ ਦਾ ਇਹਨਾਂ ਨੂੰ ਲੱਗਦਾ ਕਿ ਸੁਖਬੀਰ ਬਾਦਲ ਇਹਨਾਂ ਵਾਸਤੇ ਜੀ ਕੀ ਹੈ ਤੁਹਾਡੇ ਵਾਸਤੇ ਕੀ ਹੈ ਮੈਂ ਮੇਰੇ ਆ ਤਾਂ ਕੀ ਆ ਬੰਦਾ ਹੀ ਆ ਵੀ ਜੀ ਵੈਰੀ ਗੁੱਡ ਜੀ ਹਾਂਜੀ ਸੁਖਬੀਰ ਬਾਦਲ ਤੁਹਾਡੇ ਵਾਸਤੇ ਕੀ ਹੈ ਸੁਖਬੀਰ ਬਾਦਲ ਮੰਤਰੀ ਸਾਹਿਬ ਨੇ ਆਪਣੇ ਪੰਜਾਬ ਦੇ ਹੁਣ ਨਹੀਂ ਮੰਤਰੀ ਰਹੇ ਨਾ ਕਰੋ ਇਹਨੀ ਜਨਰਲ ਨੌਲੇਜ ਸਾਬਕਾ ਸਾਬਕਾ ਮੰਤਰੀ ਰਹੇ ਆਪਣੇ ਨਹੀਂ ਸਾਬਕਾ ਨਾ ਫਿਰ ਵੇ ਮੰਤਰੀ ਨਹੀਂ ਰਹੇ ਕੁਝ ਹੋਰ ਰਹੇ ਨੇ ਇੱਧਰ ਦੱਸੋ ਜੀ ਚਲੋ ਇੱਧਰੋਂ ਪੁੱਛ ਲਓ ਤੁਸੀਂ ਹਾਂਜੀ 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 ਸੁਖਬੀਰ ਬਾਦਲ ਤੁਹਾਡੇ ਲਈ ਕੀ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸਾਡੇ ਮਹਿਬੂਬ ਨੇਤਾ ਨੇ ਯੂਥ ਦੀ ਜਾਨ ਨੇ ਜਿੰਦ ਤੇ ਜਾਨ ਨੇ ਜੀ ਬਿਲਕੁਲ ਯੂਥ ਦੀ ਜਿੰਦ ਤੇ ਜਾਨ ਨੇ ਮਹਿਬੂਬ ਨੇਤਾ ਨੇ ਕੁਝ ਵੀਰਾਂ ਦੇ ਆਹ ਨੌਜਵਾਨ ਜਿਹੜਾ ਇਹ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂਜੀ ਕੀ ਕਹਿਣਾ ਤੁਹਾਡੇ ਵਾਸਤੇ ਕੀ ਨੇ ਸਾਡੇ ਵਾਸਤੇ ਬਹੁਤ ਵਧੀਆ ਲੀਡਰ ਨੇ ਹਾਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਜੀ ਨਾ ਭਾਈ ਹੁਣ ਥੋੜ੍ਹੀ ਹੁਣ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਂਜੀ ਹਾਂਜੀ ਐਕਸ ਕਹਿ ਲਾਂਗੇ ਅਤੇ ਇੰਜੀਨੀਅਰ ਰਹੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਵਾ ਰੋਡ ਬਣਾਏ ਨੇ ਵਧੀਆ ਵਧੀਆ ਫੈਸਿਲਿਟੀਆਂ ਦਿੱਤੀਆਂ ਸਕੂਲਾਂ 'ਚ ਕਾਲਜਾਂ 'ਚ ਹੋਸਪਿਟਲਾਂ 'ਚ ਅਤੇ ਮੈਂ ਉਮੀਦ ਕਰਦਾ ਹਾਂ ਫਿਰ ਇਹਨਾਂ ਦੀ ਸਰਕਾਰ ਬਣੇਗੀ ਅਤੇ ਆਪਾਂ ਸਾਰੇ ਜਾਣੇ ਵੋਟਾਂ ਇਹਨਾਂ ਨੂੰ ਪਾਵਾਂਗੇ ਸੋ ਆਪਾਂ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਇੰਜੀਨੀਅਰ ਵੀ ਲੀਡਰ ਰਹੇ ਨੇ ਅਤੇ ਬਹੁਤ ਵਧੀਆ ਲੀਡਰ ਨੇ ਤੁਹਾਡੇ ਵਾਸਤੇ ਕੀ ਕੀਤਾ ਸਾਡੇ ਵਾਸਤੇ ਜੀ ਸਕੂਲਾਂ 'ਚ ਸਾਰੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਸਕੂਲਾਂ 'ਚ ਸਕੂਲਾਂ 'ਚ ਕੰਮ ਤਾਂ ਗਣਾ ਦਿਓ ਸਕੂਲਾਂ 'ਚ ਜਿਹੜੇ ਮਾੜੇ ਜਿਹੜੇ ਘਰੋਂ ਬੱਚੇ ਨੇ ਉਹਨਾਂ ਨੂੰ ਵਜ਼ੀਫੇ ਦਿੱਤੇ ਨੇ ਜੀ ਜਿਹੜੀਆਂ ਸੜਕਾਂ ਟੁੱਟੀਆਂ ਇਹਨਾਂ ਨੇ ਰੋਡ ਬਣਾਏ ਆ ਅੰਮ੍ਰਿਤਸਰ ਚਲ ਜਾਓ ਕਿੰਨੇ ਵਧੀਆ ਰੋਡ ਆ ਜਲੰਧਰ ਵਾਲੇ ਬੰਨੇ ਚਲ ਜਾਓ ਕਿੰਨੇ ਵਧੀਆ ਰੋਡ ਨੇ ਉਹ ਸਾਰਾ ਪੰਜਾਬ ਇਹਨਾਂ ਨੇ ਮਤਲਬ ਸਹੀ ਕੀਤਾ
ਜੀ ਬਿਲਕੁਲ ਬਿਲਕੁਲ ਵੇਖੋ ਕੁਝ ਨੌਜਵਾਨ ਜਨਰਲ ਨੌਲੇਜ ਜ਼ਰੂਰ ਰੱਖਦੇ ਨੇ ਨੌਲੇਜ ਇਹਨਾਂ ਦੇ ਕੋਲ ਜ਼ਰੂਰ ਹੈਗੀ ਆ ਕੁਛ ਨਾ ਕੁਛ ਕੰਮ ਜਿਹੜੇ ਨੇ ਅਕਾਲੀ ਦਲ ਦੇ ਵੇਲੇ ਦੇ ਕਰਵਾਏ ਨੇ ਇਹ 'ਚ ਕੋਈ ਦੋਰਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵੀ ਵਿਛਾਇਆ ਬਹੁਤ ਸਾਰੇ ਐਸੀਆਂ ਯੋਜਨਾਵਾਂ ਸੀ ਜਿਹੜੀਆਂ ਗਰੀਬਾਂ ਵਾਸਤੇ ਸੀ ਉਹਨਾਂ ਵਾਸਤੇ ਉਹ ਯੋਜਨਾਵਾਂ ਵੀ ਕੀਤੀਆਂ ਸੋ ਉਸ ਤੋਂ ਇਲਾਵਾ ਅਸੀਂ ਜਿਵੇਂ ਦੇਖ ਰਹੇ ਸੁਖਬੀਰ ਬਾਦਲ ਦੀ ਆਮਦ ਦਾ ਸਮੇਂ ਹੋ ਗਿਆ ਪਹੁੰਚਣ ਹੀ ਵਾਲੇ ਨੇ ਪਰ ਉਸ ਤੋਂ ਪਹਿਲਾਂ ਅਸੀਂ ਜਿੰਨੇ ਇੱਥੇ ਆਏ ਹੋਏ ਉਹਨਾਂ ਦੇ ਚਾਹੁਣ ਵਾਲੇ ਸੀ ਉਹਨਾਂ ਦੇ ਵੋਟਰ ਸਪੋਟਰ ਉਹ ਸਾਰੇ ਜਿਹੜੇ ਯੂਥ ਸੀਗਾ ਖਾਸ ਕਰਕੇ ਯੂਥ ਉਹ ਪਹੁੰਚਿਆ ਸੀ ਅਸੀਂ ਯੂਥ ਨਾਲ ਗੱਲਬਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਮਰਥਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਦਾ ਹੀ ਮੰਨਣਾ ਕਿ ਸੁਖਬੀਰ ਬਾਦਲ ਉਹਨਾਂ ਦੇ ਮਹਿਬੂਬ ਨੇਤਾ ਨੇ ਸੁਖਬੀਰ ਬਾਦਲ ਦਾ ਵਿਕਾਸ ਦੱਸਣ ਦੀ ਲੋੜ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਉਹ ਦਿਖਾਈ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਉਮੀਦ ਰੱਖਦੇ ਨੇ ਕਿ ਸੁਖਬੀਰ ਬਾਦਲ ਜਿਹੜਾ ਉਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੋਣ ਕਿਉਂਕਿ ਪੰਜਾਬ ਦੀ ਵਾਗਡੋਰ ਔਰ ਪੰਜਾਬ ਦਾ ਭਵਿੱਖ ਸੁਖਬੀਰ ਬਾਦਲ ਜੀ ਦੇਖਦੇ ਨੇ ਰਿਸ਼ਪਾਲ ਸਿੰਘ ਅਕਾਲ ਚੈਨਲ